ਵਿਸਾਖੀ ਲੰਘਣ ਤੋਂ ਬਾਅਦ ਪੰਜਾਬ ਦੀਆਂ ਮੰਡੀਆਂ ਵਿੱਚ ਅੱਜ ਕਣਕ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ, ਜਿਸ ਨੂੰ ਲੈ ਕੇ ਜ਼ਿਲ੍ਹਾ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਵੱਲੋਂ ਮੰਡੀ ਦੇ ਵਿੱਚ ਜੋ ਪ੍ਰਬੰਧ ਕੀਤੇ ਗਏ ਆ ਦੇਖ ਸਕਦੇ ਹੋ। ਜਿਸ ਤਰ੍ਹਾਂ ਚਾਰ ਚੁਫੇਰੇ ਪਸ਼ੂਆਂ ਦੇ ਆਉਣ ਤੋਂ ਬੈਰੀਗੇਡਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਇਸ ਲਈ ਮੰਡੀ ਚਾਰ ਚੁਫੇਰੋਂ ਬੰਦ ਕਰ ਦਿੱਤੀ ਗਈ ਹੈ, ਸਿਰਫ ਇੱਕ ਹੀ ਗੇਟ 'ਤੇ ਐਂਟਰੀ ਹੋਵੇਗੀ ਅਤੇ ਉੱਥੇ ਮਾਰਕੀਟ ਕਮੇਟੀ ਦੇ ਆਦਮੀ ਬੈਠਣਗੇ ਜੋ ਹਰ ਕਿਸਾਨ ਦਾ ਪਾਸ ਚੈੱਕ ਕਰਨਗੇ ਅਤੇ ਉਸ ਨੂੰ ਸੈਨੀਟਾਈਜ਼ ਕਰਕੇ ਅੰਦਰ ਜਾਣ ਦੇਣਗੇ। ਦੱਸ ਦਈਏ ਕਿ ਹਰ ਕਿਸਾਨ ਦਾ ਪਾਸ ਵੀ ਚੈੱਕ ਹੋਵੇਗਾ ਅਤੇ ਉਸ ਗੇਟ 'ਤੇ ਮੋਇਸਚਰ ਵੀ ਚੈੱਕ ਹੋਵੇਗਾ। ਅਗਰ ਕਿਸੇ ਕਿਸਾਨ ਦਾ ਬਾਹਰੋਂ ਜ਼ਿਆਦਾ ਮੋਇਸਚਰ ਹੈ ਤਾਂ ਉਸਨੂੰ ਵਾਪਸ ਕੀਤਾ ਜਾਵੇਗਾ, ਸਿਰਫ ਜੋ ਸੁੱਕੀ ਕਣਕ ਹੈ ਉਸਨੂੰ ਹੀ ਅੰਦਰ ਆਉਣ ਦਿੱਤਾ ਜਾਵੇਗਾ। ਅੱਜ ਪਹਿਲੀ ਢੇਰੀ ਆਉਣ 'ਤੇ ਕਿਸਾਨ ਦਾ ਫੁੱਲਾਂ ਦੇ ਹਾਰ ਪਾ ਕੇ ਮੰਡੀ ਬੋਰਡ ਅਤੇ ਮਾਰਕੀਟ ਕਮੇਟੀ ਵੱਲੋਂ ਸਵਾਗਤ ਕੀਤਾ ਗਿਆ। DMO ਦਾ ਕਹਿਣਾ ਹੈ ਕਿ ਅਸੀਂ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ। ਬਕਾਇਦਾ ਤੌਰ 'ਤੇ ਗੇਟ 'ਤੇ ਟਰਾਲੀ ਖੜ੍ਹੀ ਕਰਕੇ ਉਸਦਾ ਮੋਇਸਚਰ ਚੈੱਕ ਕੀਤਾ ਗਿਆ, ਜਿਸ ਦਾ ਮੋਇਸਚਰ 12 ਤੋਂ ਘੱਟ ਹੀ ਸੀ। ਤੁਹਾਨੂੰ ਦੱਸ ਦਈਏ ਕਿ 12 ਤੋਂ ਜ਼ਿਆਦਾ ਜਿਸ ਵੀ ਕਿਸਾਨ ਦਾ ਮੋਇਸਚਰ ਹੋਵੇਗਾ ਉਸਦੀ ਟਰਾਲੀ ਵਾਪਸ ਕਰ ਦਿੱਤੀ ਜਾਵੇਗੀ। ਔਰ ਮੰਡੀ ਬੋਰਡ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਆੜ੍ਹਤੀਆਂ ਨੂੰ 20 ਤੋਂ 25-25 ਪਾਸ ਦਿੱਤੇ ਗਏ ਹਨ। ਕੋਈ ਵੀ ਆੜ੍ਹਤੀਆ ਜਿਹੜਾ ਕਿਸਾਨ ਪਹਿਲਾਂ ਫਸਲ ਲੈ ਕੇ ਆਉਣਾ ਚਾਹੁੰਦਾ ਹੈ ਉਸਨੂੰ ਉਹ ਪਾਸ ਦੇ ਸਕਦਾ ਹੈ ਤਾਂ ਜੋ ਉਹ ਆਪਣੀ ਸਾਰੀ ਫਸਲ ਮੰਡੀ ਵਿੱਚ ਲਿਆ ਸਕੇ। ਕਿਸਾਨਾਂ ਨੇ ਵੀ ਕਿਹਾ ਕਿ ਅਸੀਂ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ, ਦਿੱਕਤ ਤਾਂ ਸਾਨੂੰ ਆਵੇਗੀ ਪਰ ਇਸ ਬਿਮਾਰੀ ਨਾਲੋਂ ਕੋਈ ਵੱਡੀ ਗੱਲ ਨਹੀਂ, ਦਿੱਕਤਾਂ ਦਾ ਅਸੀਂ ਸਾਹਮਣਾ ਕਰ ਲਵਾਂਗੇ ਪਰ ਇਸ ਬਿਮਾਰੀ ਦੀ ਰੋਕ ਜ਼ਰੂਰੀ ਹੈ। ਕਿੰਨਾ ਇੱਧਰ ਕਿੰਨਾ 11-2 ਹੈ ਸਰਕਾਰ ਵੱਲੋਂ ਕਿੰਨੀ ਖਰੀਦ ਕੀਤੀ ਜਾਣੀ ਹੈ? ਅਮਨਦੀਪ ਜੀ, ਕਿੱਥੋਂ ਆਏ ਹੋ? ਗੁਲਾਬ ਵਾਲੀ। ਕੀ ਕਹਿਣਾ ਚਾਹੁੰਦਾ ਜੀ ਮੰਡੀ 'ਚ ਆਏ ਹੋ ਪਹਿਲੀ ਢੇਰੀ ਲੈ ਕੇ? ਹਾਂਜੀ, ਪਾਸ ਮਿਲ ਗਿਆ ਸੀਗਾ ਜੀ ਸਾਨੂੰ। ਅੱਛਾ, ਅਤੇ ਉਸ ਤੋਂ ਬਾਅਦ ਫਿਰ ਕਣਕ ਇੱਧਰ ਲਿਆਉਂਦੀ ਸੀ ਮੰਡੀ। ਅੱਛਾ, ਕਿੰਨੇ ਤੁਹਾਡੇ ਕੋਲ ਜ਼ਮੀਨ ਹੈ, ਕਿੰਨੀ ਕਣਕ ਤੁਸੀਂ ਮੰਡੀ 'ਚ ਲੈ ਕੇ ਆਓ, ਕਿੰਨੇ ਤੁਹਾਨੂੰ ਜਿਹੜੀ ਇਹ ਕਿਹਾ ਗਿਆ? ਇਹ 50 ਕੁਇੰਟਲ ਕਹਿੰਦੇ ਜੀ, 50 ਕੁਇੰਟਲ ਤੋਂ ਵੱਧ ਨਾ ਲੈ ਕੇ ਆਓ, ਥੱਲੇ ਥੱਲੇ ਲੈ ਕੇ ਆਓ ਜੀ। ਟਰਾਲੀ 'ਚ ਵੱਧ ਵੀ ਪੈਂਦੀ ਹੈ ਕਈਆਂ ਦੀ। ਤੁਸੀਂ ਕੰਬਾਈਨ ਨਾਲ ਵੱਢ ਰਹੇ ਹੋ ਜੀ? ਹਾਂਜੀ, ਕੰਬਾਈਨ ਨਾਲ। ਇੱਕ ਦਿਨ 'ਚ ਤਾਂ ਕਣਕ ਬਹੁਤ ਜ਼ਿਆਦਾ ਵੱਢੀ ਜਾਂਦੀ ਹੈ ਜੀ। ਵੱਢੀ ਤਾਂ ਜਾਂਦੀ ਹੈ ਜੀ, ਹੁਣ ਕੋਈ ਇਹਦਾ ਹੱਲ ਸਰਕਾਰ ਕਰੇ ਤਾਂ ਫੇਰ ਹੀ ਆ ਜੀ, ਕਣਕ ਬਾਕੀ ਘਰੇ ਲਾਵਾਂਗੇ ਜੀ। ਫਿਰ ਰੋਜ਼ ਦੀ ਰੋਜ਼ ਭਰ ਕੇ ਲਿਆਉਂਗੇ? ਹਾਂਜੀ, ਜਿਵੇਂ ਪਾਸ ਮਿਲੂਗਾ ਉਸੇ ਤਰ੍ਹਾਂ ਹੀ ਲਾਊਗਾ ਜੀ। ਉਹ ਤਾਂ ਫਿਰ ਹੈਰਾਨੀ ਆ ਵੀ ਦੁੱਗਣੀ ਲੇਬਰ ਲੱਗੂ ਸਾਨੂੰ। ਲੇਬਰ ਤਾਂ ਲੱਗਦੀ ਹੈ ਜੀ, ਫਿਰ ਉਹ ਬਿਮਾਰੀ ਵੀ ਐਡੀ ਭੈੜੀ ਹੈ ਜੀ, ਹੁਣ ਕੀ ਕੀਤਾ ਜਾਵੇ ਜੀ, ਜਿੰਨਾ ਇਹਨਾਂ ਨੂੰ ਕੰਟਰੋਲ ਹੋਇਆ ਉਹ ਕਰੀ ਜਾ ਰਹੇ ਜੀ। ਤੁਹਾਡਾ ਸਵਾਗਤ ਕੀਤਾ, ਕਿਸ ਤਰ੍ਹਾਂ ਲੱਗ ਰਿਹਾ ਜੀ? ਠੀਕ ਹੈ ਜੀ, ਸਵਾਗਤ। ਚਲੋ, ਧੰਨਵਾਦ ਕਰਦੇ। ਹਾਂਜੀ, ਧੰਨਵਾਦ ਕਰਦੇ ਇਹਨਾਂ ਦਾ। ਰਾਜ ਕੋਈ ਪਰੇਸ਼ਾਨੀ ਆਈ ਹੋਵੇ ਤੁਹਾਨੂੰ, ਤੁਸੀਂ ਲੈ ਕੇ ਆਏ ਹੋ ਕਣਕ, ਕਿਉਂਕਿ ਥਾਂ ਥਾਂ ਨਾਕਾ ਬਣਾ? ਨਹੀਂ, ਉਹ ਤਾਂ ਰੋਕਿਆ ਗਿਆ ਸੀ, ਫਿਰ ਪਾਸ ਦਿਖਾ ਕੇ ਫਿਰ ਕੀ ਕਹਿੰਦੇ ਆ ਜਾਣ ਦਿੱਤਾ। ਪਾਸ ਤੁਹਾਨੂੰ ਜਿਹੜਾ ਜਾਰੀ ਤਾਂ ਮਾਰਕੀਟ ਕਮੇਟੀ ਨੇ ਦਿੱਤਾ ਕਿਸ ਨੇ ਹੈ? ਇਹ ਕੀ ਨੇ, ਆੜ੍ਹਤੀਆਂ ਦੇ ਥਰੂ ਆਏ ਸਾਡੇ ਕੋਲ ਪਰਸੋਂ ਦਿੱਤਾ।
ਪੰਜਾਬ ਮੰਡੀ ਬੋਰਡ ਵੱਲੋਂ ਜੀ ਮਾਰਕੀਟ ਕਮੇਟੀ ਬਠਿੰਡਾ ਅਧੀਨ ਅਤੇ ਹੋਰ ਜਿਹੜੇ ਸਾਡੇ ਮੰਡੀਆਂ ਨੇ ਮਾਰਕੀਟ ਕਮੇਟੀਆਂ ਜ਼ਿਲ੍ਹਾ ਬਠਿੰਡੇ ਦੀਆਂ, ਸਾਡੇ ਸਾਰੇ ਪ੍ਰਬੰਧ ਆ ਜਿਹੜੇ ਮੁਕੰਮਲ ਕਰ ਲਏ ਗਏ ਹਨ। ਪਾਣੀ ਦੇ, ਛਾਂ ਦੇ, ਜੋ ਵੀ ਅਸੀਂ ਹੈਂਡ ਵਾਸ਼ਿੰਗ ਇਕਿਪਮੈਂਟ ਇੰਸਟਾਲ ਕਰਨੇ ਹੈ, ਸਫਾਈ ਸੈਨੇਟਾਈਜੇਸ਼ਨ ਹੋ ਰਹੀ ਹੈ ਮੰਡੀਆਂ ਦੀ, ਤੁਸੀਂ ਦੇਖ ਸਕਦੇ ਹੋ। ਅਸੀਂ ਬਠਿੰਡਾ ਮੰਡੀ ਦੇ ਵਿੱਚ ਇਹਦੇ ਸ਼ਹਿਰ ਦੇ ਅੰਦਰ ਹੋਣ ਕਰਕੇ ਇਹਦੇ 10 ਐਂਟਰੀ ਪੁਆਇੰਟ ਸੀ, ਅਸੀਂ ਸਾਰੇ ਐਂਟਰੀ ਪੁਆਇੰਟਸ ਸੀਲ ਕਰਤੇ ਆ, ਸਿਰਫ ਇੱਕ ਥਾਂ ਤੋਂ ਐਂਟਰੀ ਪੁਆਇੰਟ ਰੱਖਿਆ ਤਾਂ ਜੋ ਜਿਹੜਾ ਸਾਨੂੰ ਪਤਾ ਲੱਗ ਸਕੇ ਕਿ ਕੋਈ ਗਿੱਲੀ ਢੇਰੀ ਤਾਂ ਨਹੀਂ ਆ ਰਹੀ, ਜਾਂ ਜਿਹੜਾ ਜ਼ਿਮੀਂਦਾਰ ਸਾਡਾ ਭਰਾ ਆ ਰਿਹਾ ਉਹ ਪਾਸ ਨਾਲ ਆ ਰਿਹਾ, ਉਹ ਸਾਰਾ ਚੈਕਿੰਗ ਪੁਆਇੰਟ ਸਾਡਾ ਚੈੱਕ ਪੁਆਇੰਟ ਜਿਹੜਾ ਗੇਟ 'ਤੇ ਬਣ ਚੁੱਕਿਆ। ਇਸ ਸੰਬੰਧੀ ਜੋ ਪੁਲਿਸ ਨੇ ਸਾਡਾ ਸਹਿਯੋਗ ਦੇਣਾ ਉਹ ਵੀ ਆ ਚੁੱਕੇ ਨੇ ਪੁਲਿਸ ਮੁਲਾਜ਼ਮ ਵੀ। ਪ੍ਰਬੰਧ ਮੁਕੰਮਲ ਨਹੀਂ ਹੋਏ, ਕਈ ਜਗ੍ਹਾ ਘਾਹ ਵੀ ਖੜਾ ਗਾ, ਫੜ ਵੀ ਨਹੀਂ ਬਣਾਏ ਗਏ, ਉਸ ਬਾਰੇ ਕੀ ਕਹੋਗੇ? ਜਿਹੜਾ ਤੁਸੀਂ ਮੰਡੀਆਂ ਦੇ ਪ੍ਰਬੰਧਾਂ ਦੀ ਗੱਲ ਕਰ ਰਹੇ ਹੋ ਜੀ, ਉਹ ਹੋ ਸਕਦਾ ਕੋਈ ਕੱਲ੍ਹ ਤੱਕ ਨਾ ਮੁਕੰਮਲ ਹੋਣ, ਅੱਜ ਤੱਕ ਜਿਹੜੇ ਸਾਡੇ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹੈ, ਜਿਹੜੀਆਂ ਕੋਈ 5-10 ਮੰਡੀਆਂ ਰਹਿੰਦੀਆਂ ਸੀ ਉਹ ਵੀ ਮੁਕੰਮਲ ਹੋ ਗਏ। ਤਿਉਣੇ ਮੰਡੀ ਦਾ ਬਹੁਤ ਬੁਰਾ ਹਾਲ ਹੈ, ਅਤੇ ਤੁਸੀਂ ਅੱਜ ਵਿਜ਼ਿਟ ਕਰਕੇ ਦੇਖੋ, ਬਿਲਕੁਲ ਠੀਕ ਹੋ ਗਿਆ। ਤਿਉਣੇ ਦੀ ਜਿਹੜੀ ਰਿਪੋਰਟ ਅੱਜ ਸੁਬਹ ਹੀ ਆ ਕੇ ਹਟੀ ਹੈ ਜੀ ਮੈਨੂੰ। ਬਠਿੰਡਾ ਸਰਗਰਮੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।